ਅਸੀਂ ਜਿੰਨੀਆਂ ਵੀ ਹਮਖਿਆਲੀ ਧਿਰਾਂ ਭਾਰਤੀਆਂ ਨੇ, ਹੋਰ ਵੀ ਸਾਡਾ ਚੱਲ ਰਿਹਾ ਯਤਨ ਕਿ ਜਿਹੜੇ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਗਏ। ਇਹਨਾਂ ਨੇ ਵੀ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀ ਆ ਮੌਤ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ। ਸਮਰਥਨ ਕਹਿ ਮਤਲਬ ਸਾਡਾ ਆਜ਼ਾਦ ਤੌਰ ਤੇ ਅਸੀਂ ਲੜ ਰਹੇ ਹਾਂ। ਬਹੁਤ ਪਾਰਟੀਆਂ ਗੱਠਜੋੜ ਚ ਵੀ ਆਉਂਦੀਆਂ ਨੇ, ਬਹੁਤ ਹੋਰ ਤਰ੍ਹਾਂ ਵੀ ਨੇ, ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ। ਕਿਸਾਨ ਤਾਂ ਚੋਣ ਲੜਦੇ ਨੇ, ਵਿਚਾਰਧਾਰਾ ਸਾਡੀ ਕਿਸਾਨਾਂ ਵੀ ਲੜਦੇ ਨੇ। ਹੁਣ ਤੁਸੀਂ ਫਿਰ ਆਜ਼ਾਦ ਦੇ ਤੌਰ ਤੇ ਫਿਰ ਲੜ ਰਹੇ ਹੋ, ਮਾਨ ਸਾਹਿਬ ਦਾ ਸਮਰਥਨ ਹੈ, ਇਹਨਾਂ ਦਾ ਸਮਰਥਨ, ਅਸੀਂ ਸਰੂਰ ਜਿੰਨਾ ਨਾਲ